यहाँ तो आस्था है जो कोरोना कोरोना रहा साइड में। कोरोना वायरस इज जस्ट अ वैरायटी ऑफ फीवर, इट इज नॉट दैट सीरियस। ਹੁਣ ਤੁਸੀਂ ਸਾਨੂੰ ਪੁੱਛਣ ਦੇ ਹੋ ਤੁਸੀਂ ਕਾਹਦੇ ਵਾਸਤੇ ਆਏ ਹੋ, ਤੁਸੀਂ ਵੀ ਕੰਮ ਕਰਦੇ ਪਏ ਨਾ ਆਪਣਾ, ਨਹੀਂ ਜਾਣਾ ਚਾਹੀਦਾ ਤਾਂ ਫਿਰ ਨੁਕੜਾਂ 'ਚ ਵੜ ਕੇ ਬਹਿ ਜਾਓ ਘਰਾਂ 'ਚ। ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਹੈ। WHO ਵੱਲੋਂ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨਿਆ ਜਾ ਚੁੱਕਾ ਹੈ। ਕਈ ਦੇਸ਼ ਇਸ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ। ਕੋਰੋਨਾ ਦੇ ਪ੍ਰਕੋਪ ਤੋਂ ਬਚਣ ਲਈ ਜਿੱਥੇ ਸਭ ਨੂੰ ਘਰਾਂ ਵਿੱਚ ਰਹਿਣ ਦੇ ਆਦੇਸ਼ ਨੇ ਅਤੇ ਜਿਮ, ਕਲੱਬ, ਸਿਨੇਮੇ, ਸਕੂਲ, ਘਰ ਆਦਿ ਹੋਰ ਭੀੜ ਵਾਲੀਆਂ ਥਾਵਾਂ ਨੂੰ ਬੰਦ ਕਰ ਦਿੱਤਾ ਗਿਆ, ਪਰ ਆਸਥਾ ਅਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਨੇ। ਜਦ ਉਹਨਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੀ ਸ੍ਰੀ ਦਰਬਾਰ ਸਾਹਿਬ ਵਿੱਚ ਸ਼ਰਧਾ, ਕੋਰੋਨਾ ਦਾ ਕੋਈ ਡਰ ਨਹੀਂ, ਸਾਨੂੰ ਪਰਮਾਤਮਾ 'ਤੇ ਪੂਰਨ ਭਰੋਸਾ ਹੈ ਅਤੇ ਇੱਥੇ ਆ ਕੇ ਸਾਡਾ ਡਰ ਦੂਰ ਹੁੰਦਾ। ਕੌਣ ਸੀ ਜਗ੍ਹਾ 'ਤੇ ਆਏ ਆਪ? ਡਿਸਟ੍ਰਿਕਟ ਚੰਬਾ, ਡਲਹੌਜ਼ੀ। ਕਿਆ ਨਾਮ ਆਪਕਾ? ਨਰੇਸ਼ ਚੌਹਾਨ। ਜੋ ਕੋਰੋਨਾ ਵਾਇਰਸ ਕਾ ਇਤਨਾ ਖਤਰਾ ਹੈ, ਲੋਕ ਘਰੋਂ ਸੇ ਬਾਹਰ ਨਹੀਂ ਨਿਕਲ ਰਹੇ, ਲੇਕਿਨ ਆਪ ਚੰਬੇ ਸੇ ਯਹਾਂ ਨਤਮਸਤਕ ਹੋਨੇ ਆਏ ਹੈ ਸ਼੍ਰੀ ਹਰਿਮੰਦਰ ਸਾਹਿਬ, ਕਿਆ ਕਹਿਣਾ ਚਾਹੇਂਗੇ? ਆਸਥਾ ਹੈ ਜੀ, ਹਮ ਤੋ ਸ਼੍ਰੀ ਮੰਦਰ ਹਰਿਮੰਦਰ ਸਾਹਿਬ ਮੈਂ ਮਾਥਾ ਟੇਕਣੇ ਆਏ ਥੇ। ਕੋਰੋਨਾ ਹਾਂ ਹੈ, ਦੇਖਾ ਪੜਾ ਹੈ ਹਮਨੇ ਵੀ ਸੋਸ਼ਲ ਮੀਡੀਆ ਪੇ ਕਾਫੀ, ਪਰ ਯਹਾਂ ਤੋ ਆਸਥਾ ਹੈ ਕਿ ਕੋਰੋਨਾ ਕੋਰੋਨਾ ਰਹਾ ਸਾਈਡ ਮੇਂ। ਆਪਕੋ ਲਗਤਾ ਹੈ ਕਿ ਸ਼੍ਰੀ ਹਰਿਮੰਦਰ ਸਾਹਿਬ ਮੈਂ ਮਾਥਾ ਟੇਕਣੇ ਸੇ ਕੋਈ ਕੋਰੋਨਾ ਵਾਇਰਸ ਨਹੀਂ ਆਏਗਾ? ਜੀ ਐਟਲੀਸਟ ਯਹਾਂ ਪੇ ਤੋ ਮੁਝੇ ਕੋਈ ਡਰ ਨਹੀਂ ਲੱਗ ਰਿਹਾ ਇਸ ਐਸੀ ਵੈਸੀ ਕੋਈ ਚੀਜ਼ ਕਾ, ਯਹਾਂ ਪੇ ਤੋ ਹਮਾਰੀ ਆਸਥਾ ਹੈ ਤੋ ਹਮ ਯਹਾਂ ਪੇ ਮਾਥਾ ਟੇਕਣੇ ਆਏ ਹੋਏ ਹੈਂ। ਮੇਰਾ ਨਾਮ ਦਰਸ਼ਨ ਹੈ। ਕਹਾਂ ਸੇ ਆਏ ਆਪ? ਮੈਂ ਬੈਂਗਲੋਰ ਸੇ ਆਇਆ ਹੂੰ। ਅੱਛਾ, ਜੋ ਕੋਰੋਨਾ ਵਾਇਰਸ ਕਾ ਇੰਡੀਆ ਮੇਂ ਚੱਲ ਰਿਹਾ ਹੈ, ਲੋਕ ਘਰੋਂ ਸੇ ਬਾਹਰ ਨਹੀਂ ਨਿਕਲ ਰਹੇ, ਲੇਕਿਨ ਆਪ ਬੈਂਗਲੋਰ ਸੇ ਯਹਾਂ ਅੰਮ੍ਰਿਤਸਰ ਆਏ ਹੈਂ, ਕਿਆ ਕਹਿਣਾ ਚਾਹੇਂਗੇ? ਮੇਰਾ ਓਪੀਨੀਅਨ ਇਹ ਹੈ ਕਿ ਕੋਰੋਨਾ ਵਾਇਰਸ ਇਜ਼ ਜਸਟ ਅ ਵੈਰਾਇਟੀ ਆਫ ਫੀਵਰ, ਜਸਟ ਅ ਸੈਗਮੈਂਟ ਆਫ ਫੀਵਰ, ਇਟ ਇਜ਼ ਨਾਟ ਦੈਟ ਸੀਰੀਅਸ। ਮੈਂ ਤੋ ਏਅਰਪੋਰਟ ਮੇਂ ਵੀ ਘੁੰਮ ਕੇ ਆ ਗਿਆ, ਔਰ ਮੇ ਬੀ ਆਮ ਟਰੈਵਲਿੰਗ ਸਿਨ 7 ਡੇਜ਼, ਐਂਡ ਹੇਅਰ ਆਈ ਐਮ ਹੇਅਰ ਟੂ ਮੀਟ ਮਾਈ ਫਰੈਂਡ। ਮੈਂ 7 ਦਿਨ ਸੇ ਏਅਰਪੋਰਟ, ਰੇਲਵੇ ਸਟੇਸ਼ਨ, ਏਅਰਪੋਰਟ ਐਂਡ ਟੈਕਸੀਜ਼ ਵਗੈਰਾ ਮੈਂ ਘੁੰਮ ਹੀ ਰਹਾ ਹੂੰ। ਅਭੀ ਤੱਕ ਤੋ ਮੇਰੇ ਕੋ ਐਸਾ ਕੁਛ ਫੀਲ ਨਹੀਂ ਹੁਆ ਹੈ। ਇਨਫੈਕਟ ਲੋਕੋ ਕੋ ਇਤਨਾ ਡਰਨਾ ਨਹੀਂ ਚਾਹੀਏ, ਬਿਕਾਜ਼ ਇਟਸ ਜਸਟ ਅ ਫੀਵਰ। ਆਪ ਬਚਾਵ ਕਰ ਰਹੇ ਹੈ ਕੋਰੋਨਾ ਵਾਇਰਸ ਸੇ, ਕੋਈ ਮਾਸਕ ਵਗੈਰਾ ਜਾਂ ਸੈਨੇਟਾਈਜ਼ਰ? ਮੈਂ ਆਪਕੇ ਸਾਹਮਣੇ ਖੜਾ ਹੂੰ। ਆਜ ਆਪ ਭੀੜ ਭਾੜ ਵਾਲੇ ਇਲਾਕੇ ਮੇਂ ਆਏ ਹੈ, ਸਰਕਾਰ ਕੀ ਔਰ ਸੇ ਮਨਾਈ ਕੀ ਗਈ ਕਿ ਭੀੜ ਭਾੜ ਵਾਲੇ ਇਲਾਕੇ ਮੇਂ ਨਹੀਂ ਜਾਣਾ ਹੈ ਮਾਸਕ ਤੱਕ? ਨਹੀਂ, ਵੋ ਤੋ ਦੇਖੀਏ, ਵੋ ਸਰਕਾਰ ਕਾ ਪ੍ਰਿਕੋਸ਼ਨ ਹੈ, ਸਰਕਾਰ ਨਹੀਂ ਚਾਹਤਾ ਹੈ ਕਿ ਉਸਕੇ ਜਨਤਾ ਕੋ ਕੁਛ ਹੋ, ਬਟ ਇਨਫੈਕਟ ਇਟ ਇਜ਼ ਇਤਨਾ ਦੂਰ ਸੇ ਆਏ ਹੈਂ, ਦੇਖੀਏ ਗੋਡ ਇਜ਼ ਹੇਅਰ ਯੂ ਨੋ ਵਿਦ ਮੀ ਐਂਡ ਆਈ ਐਮ ਸ਼ੋਰ ਗੋਡ ਵਿਲ ਪ੍ਰੋਟੈਕਟ ਮੀ। ਤੁਸੀਂ ਇੱਥੇ ਹੈਰੀਟੇਜ ਸਟਰੀਟ 'ਤੇ ਕੰਮ ਕਰਦੇ ਪਏ ਜੇ, ਹੋਟਲਾਂ 'ਤੇ ਕਮਰੇ ਵਗੈਰਾ ਲਗਾਉਣ ਡੇ ਜੇ, ਕੋਰੋਨਾ ਵਾਇਰਸ ਇੰਨਾ ਚੱਲਦਾ ਪਿਆ, ਲੋਕ ਘਰੋਂ ਨਹੀਂ ਨਿਕਲਦੇ ਪਏ, ਪਰ ਫਿਰ ਵੀ ਤੁਸੀਂ ਭੀੜ ਭਾੜ ਵਾਲੇ ਇਲਾਕੇ 'ਚ ਆਏ ਜੇ, ਕੀ ਕਹਿਣਾ ਚਾਹੋਗੇ? ਭਾਜੀ ਤੁਸੀਂ ਹੁਣ ਤੁਸੀਂ ਸਾਨੂੰ ਪੁੱਛਣ ਦੇ ਹੋ ਤੁਸੀਂ ਕਾਹਦੇ ਵਾਸਤੇ ਆਏ ਹੋ, ਤੁਸੀਂ ਵੀ ਕੰਮ ਕਰਦੇ ਪਏ ਨਾ ਆਪਣਾ, ਕਰਦੇ ਪਏ ਨਾ ਕੰਮ ਆਪਣਾ, ਕਾਰੋਬਾਰ ਕਰਦੇ ਪਏ, ਆਪਣਾ ਮਿਹਨਤ ਕਰਦੇ ਪਏ ਹੋ, ਬੰਦੇ ਨੂੰ ਪੁੱਛਦੇ ਪਏ ਕਿ ਆ ਗਏ, ਹਾਂਜੀ ਭਾਜੀ ਇੱਦਾਂ ਆਪਣੀ ਡਿਊਟੀ ਨਿਭਾਉਂਦੇ ਪਏ ਹੋ ਤੁਸੀਂ, ਅਗਰ ਘਰ ਬੈਠੇ ਤੁਹਾਨੂੰ ਮਿਲ ਜਾਏਗਾ ਕੁਛ ਤਾਂ ਫਿਰ ਘਰ ਬਹਿ ਜਾਓ, ਫਿਰ ਕੁਛ ਵੀ ਨਹੀਂ ਮਿਲਣਾ। ਸਰਕਾਰ ਦਾ ਕਹਿਣਾ ਹੈ ਕਿ ਜਿਹੜਾ ਭੀੜ ਭਾੜ ਵਾਲੇ ਇਲਾਕਿਆਂ 'ਤੇ ਨਹੀਂ ਜਾਣਾ ਚਾਹੀਦਾ ਕਿ ਕੋਰੋਨਾ ਵਾਇਰਸ ਚੱਲਦਾ ਪਿਆ, ਕਿ ਤੁਹਾਨੂੰ ਲੱਗਦਾ ਕਿ ਕੋਰੋਨਾ ਵਾਇਰਸ? ਭੀੜ ਲਾ ਕੇ ਨਹੀਂ ਜਾਣਾ ਚਾਹੀਦਾ ਤਾਂ ਫਿਰ ਨੁੱਕਰਾਂ 'ਚ ਵੜ ਕੇ ਬਹਿ ਜਾਓ ਘਰਾਂ 'ਚ, ਵਿੱਚ ਵੜ ਜਾਓ, ਖੁੱਡਾਂ 'ਚ ਵੜ ਜਾਓ, ਨਾ ਨਿਕਲੋ ਬਾਹਰ, ਕੰਮ ਕਾਰ ਨਾ ਕਰੋ, ਕੋਰੋਨਾ ਵਾਇਰਸ ਬੱਚੇ ਭੁੱਖੇ ਮਾਰੋ, ਬੱਚੇ ਘਰ ਬੈਠੇ ਭੁੱਖੇ ਮਰਨਗੇ, ਅਗਰ ਕੁਝ ਮਿਲੇਗਾ ਤਾਂ ਬਾਹਰ ਨਿਕਲੋਗੇ ਤਾਂ ਫਿਰ ਕੁਝ ਮਿਲਣਾ, ਘਰ ਬੈਠੇ ਕੁਛ ਨਹੀਂ ਮਿਲਣਾ ਤੁਹਾਨੂੰ। ਤੁਹਾਡਾ ਕਹਿਣ ਦਾ ਮਤਲਬ ਜੇ ਘਰੋਂ ਨਿਕਲਾਂਗੇ ਕੁਝ ਕਮਾਵਾਂਗੇ ਤੇ ਖਾਵਾਂਗੇ, ਹਾਂਜੀ ਉਦਾਂ ਕੋਰੋਨਾ ਵਾਇਰਸ ਤੋਂ ਬਿਨਾਂ ਹੀ ਮਰ ਜਾਵਾਂਗੇ? ਉਹ ਤੁਸੀਂ ਉੱਥੇ ਅੰਦਰ ਹੀ ਮਰ ਜਾਣਾ ਵਾ, ਵਾਇਰਸ ਦੀ ਲੋੜ ਹੀ ਨਹੀਂ ਪੈਣੀ ਤੁਹਾਨੂੰ, ਤੁਹਾਨੂੰ ਮੁਹਾਰੀ ਦੀ ਲੋੜ ਹੀ ਨਹੀਂ ਪੈਣੀ, ਤੁਸੀਂ ਅੰਦਰ ਹੀ ਬੈਠੇ ਮਰ ਜਾਣਾ, ਆ ਵੀ ਹਨੇਰੇ 'ਚ ਵੜਦੇ ਵੜਦੇ ਮਰ ਜਾਣਾ ਵਾ।